ਸਤਿਕਾਰ ਦੈਨਿਕ ਸਵੇਰੇ ਦਾ ਸਵਾਗਤ ਹੈ ਮੈਂ ਭਾਵਨਾ ਖਬਰਾਂ ਦੀ ਸ਼ੁਰੂਆਤ ਕਰਦੀ ਇਸ ਖਬਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਚੋਣ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਆਪਣੇ ਸ਼ਾਸਨ ਦੌਰਾਨ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਨੇ ਅਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਸੂਬੇ ਦੇ ਖਜ਼ਾਨੇ ਨੂੰ ਚੂਨਾ ਲੱਗਦਾ ਰਿਹਾ ਅਤੇ ਸੂਬੇ ਨੂੰ ਕਰਜ਼ਾਈ ਕਰਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਸੂਬੇ ਵਿੱਚ ਸ਼ਰਾਬ ਮਾਫੀਆ ਰੇਤ ਮਾਫੀਆ ਅਤੇ ਕੇਬਲ ਮਾਫੀਆ ਦਾ ਬੋਲਬਾਲਾ ਰਿਹਾ ਉਹਨਾਂ ਨੇ ਸੁਖਬੀਰ ਬਾਦਲ ਤੇ ਸਿੱਧੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਨੇ ਸੂਬੇ ਦੇ ਖਜ਼ਾਨੇ ਨੂੰ ਚੂਨਾ ਲਾਇਆ ਅਤੇ ਰੱਜ ਕੇ ਲੁੱਟਿਆ ਬਾਬਾ ਨਾਨਕ ਦਾ ਤੋਲਦਾ ਸੀ ਤੇਰਾ 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 ਤੇ ਹੁਕਮਰਾਨ ਤੋਰਦੇ ਰਹੇ ਪਿਛਲੇ ਸਾਲ ਤੋਂ ਮੇਰਾ 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 ਫੋਕੋ ਤਾਰੀ ਟਕਾ ਕੇ सूबे दे खजाने नू चूना लगा रहे रेत माफिया दा पंजाब सरकार ने कीता खात्मा। पंजाब कैबिनेट दे वल्लों पंजाब स्टेट रेता ते बजरी माइनिंग पॉलिसी 2021 नू प्रवानगी दित्ती गई, जिदे तहत सूबे अंदर रेता ते बजरी दा रेट 5 रुपए 50 पैसे प्रति फुट निर्धारित कीता गया। पंजाब सरकार दा मकसद गैर कानूनी रेता ते बजरी दी माइनिंग रोकना ते पंजाबियां नू एक किफायती रेटां ते मुहैया करवाउणा है। ਪਹਿਲਾਂ ਜਿਹੜਾ ਰੇਤਾ 16 ਰੁਪਏ ਤੋਂ ਲੈ ਕੇ 22 ਰੁਪਏ ਤੱਕ ਨਦੀ ਜਾਂ ਦਰਿਆਵਾਂ ਦੇ ਵਿੱਚ ਵਿਕਦਾ ਸੀ, ਹਾਲਾਂਕਿ ਰੇਟ 9 ਰੁਪਏ ਸੀ। ਅੱਜ ਸਰਕਾਰੀ ਰੇਟ 9 ਰੁਪਏ ਹੈ। ਐਸੀ ਆਪਣੀ ਸਰਕਾਰ ਆਉਣ ਤੋਂ ਬਾਅਦ ਬਿਲਕੁਲ ਸਿੱਧਾ ਕਰਤਾ ਕੰਮ, ਤੁਸੀਂ ਕਿਸੇ ਦਰਿਆ ਦੇ ਚਲੇ ਜਾਓ ਅੱਜ 9 ਰੁਪਏ ਰੇਟ ਤਾਂ ਮਿਲ ਰਿਹਾ, ਲੇਕਿਨ ਇਹ ਵੀ ਮਹਿੰਗਾ ਹੈ। ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹਰ ਦਰਿਆ ਜਾਂ ਖੱਡ ਤੇ ਰੇਤੇ ਦਾ ਰੇਟ 5 ਰੁਪਏ 50 ਪੈਸੇ ਹੋਏਗਾ। ਇਹਦੇ ਨਾਲ ਨਾਲ ਪੰਜਾਬ ਸਰਕਾਰ ਦੇ ਵੱਲੋਂ ਜ਼ਮੀਨ ਦੇ ਮਾਲਕ ਨੂੰ 3 ਫੁੱਟ ਤੱਕ ਮਿੱਟੀ ਕੱਢਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ, ਜਦਕਿ ਇੱਟਾਂ ਦੇ ਪੱਠਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਵੀ ਕੀਤਾ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਤੇ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ। ਤਾਂ ਹੀ ਤਾਂ ਹੁਣ ਘਰ ਘਰ ਚੱਲੀ ਗੱਲ, ਪੰਜਾਬ ਸਰਕਾਰ ਕਰਦੀ ਹੈ ਮਸਲੇ ਹੱਲ। ਮੇਰੀਆਂ ਬੱਸਾਂ ਕਿਉਂ ਪਾਵੇ ਵੋ ਤੈਨੂੰ ਮੋਟਿਆ, ਕਿਉਂ ਪਾਵੇ ਪ੍ਰਕਾਰਾਂ ਲੱਗ ਐ ਵਾਇਆ ਹੁੰਦਾ, ਜਿੱਦਾਂ ਫੁੱਟਬਾਲ ਖੇਡਦਾ ਐ ਲੱਗਦਾ ਫੁੱਟਬਾਲ ਫੁੱਟਬਾਲ ਨਾਲ ਹੀ ਖੇਡੀ ਜਾਂਦੀ ਹੈ। ਕੋ ਤਾੜੀ ਤੁਹਾਨੂੰ ਪਤਾ ਮੈਂ ਕਿਹਦੀ ਗੱਲ ਕਰਦਾ, ਕਿਉਂ ਪਾਵੇ ਉਹ ਤੈਨੂੰ ਵੋਟਾਂ ਤੇਰੀਆਂ ਬੱਸਾਂ ਬਣਾਉਣ ਨੂੰ, ਕਿਉਂ ਪਾਵੇ ਉਹ ਵੋਟਾਂ ਤੈਨੂੰ ਤੇਰੇ ਹੋਟਲ ਬਣਾਉਣ ਨੂੰ। ਤੂੰ ਕਹਿੰਦਾ ਨਾ ਸਿੱਧੂ ਮਿਸਗਾਈਡਡ ਮਿਸਾਈਲ ਹੈ, ਇਹ ਮਿਸਾਈਲ ਤੇਰੇ ਸੁੱਖ ਵਿਲਾਸ ਤੇ ਡਿੱਗਣੀ ਹੈ ਜਿਹੜੇ ਪੰਜਾਬ ਦੇ ਦੁੱਖਾਂ ਤੇ ਬਣਾਏ ਆ। ਜੇ ਤੇਰੇ ਸੁੱਖ ਵਿਲਾਸ ਚ ਸਕੂਲ ਨਾ ਖੋਲਿਆ ਸਿੱਧੂ ਨੇ ਤੇ ਨੀਵੇਂ ਥਾਵੇਂ ਬਣਾਈ ਮਿੱਤਰਾ, ਇਹ ਤੈਨੂੰ ਮੈਂ ਕਹਿੰਦਾ। ਬੋਲੋ ਕਿਉਂ ਭਰੇ ਉਹ ਵੋਟਾਂ ਤੇਰੇ ਬਿਜਨਸ ਬਣਾਉਣ ਨੂੰ, ਗਿਰਵੀ ਰੱਖਤਾ ਸੂਬਾ, ਬੋਲੀ ਲਾਤੀ ਸੂਬਿਆਂ ਦੀ ਤੇ ਝੂਠ ਬੋਲ ਬੋਲ ਕੇ ਤੈਂ ਪੰਜਾਬ ਬਰਬਾਦ ਕਰਤਾ। ਤੈਨੂੰ ਤਾਂ ਇਹ ਨੀ ਪਤਾ ਤੇਰਾ ਪਿਓ ਕੌਣ ਹੈ। ਇੱਕ ਦਿਨ ਕਹਿੰਦਾ ਮੇਰੇ ਪਿਤਾ ਸ਼ਮਾਨ ਬਾਦਲ ਸ਼ਾਹ, ਠੋਕੋ ਠੋਕੋ ਟਕਾ ਕੇ ਠੋਕੋ ਇਹ ਉੱਥੋਂ ਕਹਿੰਦਾ ਜੀ ਅਸੀਂ ਪਾਣੀ ਵਾਲੀਆਂ ਬੱਸਾਂ ਚਲਾਵਾਂਗੇ, ਤੁਸੀਂ ਨਦੀ ਚ ਵੜ ਜਿਓ ਮੱਛੀਆਂ ਫੜਦੇ ਆਇਓ, ਮੱਛੀਆਂ ਫੜਦੇ ਆਇਓ ਤੇ ਫਿਰ ਐਂ ਚੜ ਜਿਓ, ਐਂ ਚੜ ਕੇ ਫਿਰ ਦੂਜੀਆਂ ਸੜਕਾਂ ਤੇ ਆਇਓ, ਹਵਾ ਖਾਂਦੇ ਆਇਓ। ਇਹ ਨੀ ਪਤਾ ਵੀ ਸੜਕ ਚ ਟੋਆ ਹੈ ਕਿ ਟੋਏ ਚ ਸੜਕ ਹੈ, ਪਤਾ ਨੀ ਲੱਗਦਾ ਹੈ। ਹਚਕੋਲੇ ਖਾਂਦਾ ਆਉਂਦਾ, ਕੋਈ ਨਵੀਂ ਵਿਆਹੀ ਵਹੁਟੀ ਲਈ ਜਾਂਦਾ ਹੋਵੇ, ਭੌਂ ਭੌਂ ਕੇ ਪਿੱਛੇ ਹੀ ਦੇਖਦਾ ਰਹਿੰਦਾ, ਰਹਿ ਗਈ ਕਿ ਢਹਿ ਗਈ, ਠੋਕੋ ਤਾੜੀ ਟਕਾ ਕੇ। ਨਾਲ ਹੀ ਉਹਨਾਂ ਨੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਜੇ ਸਿੱਧੂ ਕੋਲ ਤਾਕਤ ਹੁੰਦੀ ਤਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਜੇਲ੍ਹ ਵਿੱਚ ਹੁੰਦੇ। ਉਹਨਾਂ ਨੇ ਕਿਹਾ ਕਿ ਉਸਦੇ ਕੋਲ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਕੁਝ ਖਾਸ ਅਧਿਕਾਰ ਨਹੀਂ। ਉਹਨਾਂ ਨੇ ਕਿਹਾ ਕਿ ਜੇਕਰ ਸੂਬੇ ਨੂੰ ਬਚਾਉਣਾ ਹੈ ਤਾਂ ਰਾਜਨੀਤੀ ਵਿੱਚ ਇਮਾਨਦਾਰ ਲੋਕਾਂ ਨੂੰ ਲਿਆਉਣਾ ਪਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਕਿਸੇ ਵੀ ਲਾਲਚ ਵਿੱਚ ਨਾ ਆਇਓ, ਸੋਚ ਸਮਝ ਕੇ ਆਪਣੇ ਵੋਟ ਦੀ ਵਰਤੋਂ ਕਰਨਾ, ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਹੈ, ਜੇ ਦੇਣਗੇ ਤਾਂ ਹੀ ਕੋਈ ਡਰੂ। ਇਹ ਤੇ ਖੁੱਲੇ ਸਾਂਝ ਵਾਂਗ ਫਿਰਦੇ ਆ ਮਿਊਨਸਪੈਲਿਟੀ ਦੇ ਫੂਮ ਫੂਮ ਕਰਦੇ। ਇਹ ਮੈਂ ਅੱਜ ਦਾ ਨਹੀਂ ਮੰਗਦਾ, ਇਹ ਮੈਂ 4.5 ਸਾਲ ਦਾ ਮੰਗਦਾ।
ਤੇ ਜੇ ਮੇਰੇ ਕੋਲ ਹੁੰਦੀ ਨਾ ਇਹ ਤਾਕਤ 4 ਦਿਨ ਵੀ ਮੈਂ ਤੇ ਅੱਜ ਵੀ ਪੰਜਾਬ ਦਾ ਪ੍ਰਧਾਨ ਆ ਜਿਹਨੇ ਜਿਹਨੇ ਕਿਤੇ ਜਨਰਲ ਸੈਕਟਰੀ ਤੇ ਕਿਤੇ ਉਹ ਲਾਉਣੇ ਹੁੰਦੇ ਆ ਉਹ ਵੀ ਨਹੀਂ ਲਾਉਣ ਦਿੰਦੇ ਸਮਝਦਾ ਨਹੀਂ ਤੇ ਜੇ ਕਿਤੇ ਜੱਟ ਨੂੰ ਦਿੱਤੀ ਹੁੰਦੀ ਨਾ ਪਹਿਲਾਂ ਵੀ ਕਿਹਾ ਸੀ ਇੱਥੇ ਬਾਬੇ ਬਕਾਲ ਆਹ ਮਿਨਿਸਟਰੀਆਂ ਹੋਮ ਮਿਨਿਸਟਰੀਆਂ ਨੇ ਤੇ ਲੰਬੂ ਸਾਲਾ ਉੱਥੇ ਫਿਰਦਾ ਹੁੰਦਾ ਜੀਜਾ ਸਾਲਾ ਉੱਥੇ ਫਿਰ ਦਿੰਦੇ ਅਮਰੀਕਾ ਇਹ ਦੇਸ਼ ਛੱਡ ਕੇ ਛੋਕੋ ਤਾੜੀ ਠੋਕ ਕੇ ਕਹਿੰਦਾ ਇਸ ਕਰਕੇ ਇਮਾਨਦਾਰਾਂ ਨੂੰ ਲਿਆਇਓ ਐਤਕੀ ਇਹ ਰਲੇ ਮਲਿਆਂ ਨੂੰ ਨਾ ਲਿਆਇਓ ਉਹ ਇਮਾਨਦਾਰਾਂ ਨੂੰ ਲਿਆਇਓ ਜਿਹੜੇ ਕਦੇ ਵੀ ਜ਼ਿੰਦਗੀ ਚ ਧੌਣ ਲਹਾ ਦੇਣ ਪਰ ਫਿਕਰ ਨਾ ਜਿਹੜੇ ਮੇਰਾ ਮੇਰਾ ਨਾ ਕਰਨ ਤੇਰਾ ਤੇਰਾ ਟੋਲਣ ਜਿਹੜੇ ਜੀਰ ਪੰਜਾਬ ਮਰਨ ਪੰਜਾਬ ਜਿਹੜੇ ਪੰਜਾਬ ਦੀ ਖਾਤਰ ਤੁਹਾਨੂੰ ਸੱਚ ਬੋਲਣ ਟਰਪਲ ਨਾ ਮਾਰਨ ਝੂਠ ਨਾ ਵੇਚਣ ਜੇ ਇੱਕ ਬੰਦਾ ਤੁਸੀਂ ਉਹੋ ਜਿਹਾ ਲੈ ਆਉਂਦਾ ਤੇ ਮੈਂ ਤੁਹਾਨੂੰ ਅੱਜ ਗਰੰਟੀ ਦਿੰਦਾ ਪੰਜਾਬ ਸਿੱਧੀ ਰਾਹ ਦੇ ਉੱਤੇ ਆਜੂ ਤੇ ਜੇ ਕਿਤੇ ਤੁਸੀਂ ਇਹ ਰਲੇ ਮਿਲੇ ਖੇਡ ਖੇਡਣ ਵਾਲੇ ਲੈ ਆਉਂਦੇ ਦੁਬਾਰਾ ਇਹਨਾਂ ਦੇ ਝਾਂਸਿਆਂ ਦੇ ਵਿੱਚ ਆ ਜੇ ਤੇ ਪੰਜਾਬ ਰਹਿਣ ਜੋਗਾ ਨਹੀਂ ਰਹਿਣਾ ਉਧਰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਰਾਣਾ ਗੁਰਜੀਤ ਸਿੰਘ ਆਹਮੋ ਸਾਹਮਣੇ ਨੇ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਪਰ ਕਪੂਰਥਲਾ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਸਿੰਘ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਨੇ ਅਤੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਅਜਿਹੇ ਵਿੱਚ ਨਵਜੋਤ ਸਿੰਘ ਸਿੱਧੂ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਖੜਦੇ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਨਵਤੇਜ ਸਿੰਘ ਚੀਮਾ ਨੂੰ ਸੁੱਟਣ ਦੇ ਲਈ ਕਈ ਲੋਕ ਅੱਗੇ ਆਏ ਨੇ ਪਰ ਮੈਂ ਇਹਨਾਂ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਕਰ ਦੇਵਾਂਗਾ ਕਿ ਕੋਈ ਵੀ ਇਸ ਨੂੰ ਹਿਲਾ ਨਹੀਂ ਸਕੇਗਾ ਨਵਤੇਜ ਨੂੰ ਵੀ ਬੜੇ ਹਿਲਾਉਣ ਵਾਲੇ ਲੱਗੇ ਆ ਮੈਂ ਕਹਿੰਦਾ ਇਹ ਜਿਹਾ ਜੋੜੂ ਜ਼ਮੀਨ ਦੇ ਨਾਲ ਕਿ ਜਿੰਨੇ ਆਉਣਗੇ ਪੱਟ ਪੱਟ ਸਿੱਟੂ ਲੇਕਿਨ ਨਵਤੇਜ ਨੂੰ ਨਹੀਂ ਹਿੱਲਣ ਦਿੰਦਾ ਆ ਵੀ ਕਿੱਧਰ ਆ ਤੂੰ ਕਿੱਥੇ ਆ ਪਿੱਛੇ ਲੈ ਗਿਆ ਹਾਂ ਇਹ ਦੇਖ ਲਓ ਇਹੋ ਜਿਹਾ ਬੰਦਾ ਘਰ ਵਾਲੀ ਵਿਆਹ ਕਰਾ ਕੇ ਵੀ ਮੁੱਛਾਂ ਖੜੀਆਂ ਰੱਖੀਆਂ ਨੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਜਿਸ ਨੂੰ ਕਿ ਓਮੀਕ੍ਰੋਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੋਰੋਨਾ ਵਾਇਰਸ ਦਾ ਖਤਰਨਾਕ ਵੈਰੀਐਂਟ ਓਮੀਕ੍ਰੋਨ ਚੰਡੀਗੜ੍ਹ ਪਹੁੰਚ ਗਿਆ ਅਤੇ ਉੱਥੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਗਈ ਹੈ ਜਾਣਕਾਰੀ ਮੁਤਾਬਿਕ ਇੱਕ 20 ਸਾਲਾ ਨੌਜਵਾਨ 'ਚ ਇਸ ਦੇ ਲੱਛਣ ਪਾਏ ਗਏ ਨੇ ਇਹ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਭਾਰਤ ਆਇਆ ਸੀ ਜਿਸ ਤੋਂ ਬਾਅਦ ਉਸਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਸੀ 1 ਦਸੰਬਰ ਨੂੰ ਨੌਜਵਾਨ 'ਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਦੀ ਰਿਪੋਰਟ ਜੀਨੋਮ ਸੀਕਵੈਂਸਿੰਗ ਲਈ ਭੇਜੀ ਗਈ ਸੀ ਜਿੱਥੇ ਬੀਤੀ ਰਾਤ ਨੌਜਵਾਨ 'ਚ ਨਵੇਂ ਵੈਰੀਐਂਟ ਓਮੀਕ੍ਰੋਨ ਦੀ ਪੁਸ਼ਟੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਹੈਂਡਲ ਕੁਝ ਦੇਰ ਲਈ ਹੈਕ ਹੋਣ ਦਾ ਸਮਾਚਾਰ ਹੈ ਇਸ ਦੌਰਾਨ ਬਿਟਕੋਇਨ ਨੂੰ ਕਾਨੂੰਨੀ ਬਣਾਉਣ ਬਾਰੇ ਇੱਕ ਟਵੀਟ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਅੱਜ ਸਵੇਰੇ ਇਹ ਜਾਣਕਾਰੀ ਦਿੱਤੀ ਗਈ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋਣ ਤੋਂ ਤੁਰੰਤ ਬਾਅਦ ਇਸ ਨੂੰ ਬਹਾਲ ਅਤੇ ਸੁਰੱਖਿਅਤ ਕਰ ਦਿੱਤਾ ਗਿਆ ਅਤੇ ਇਹ ਮਾਮਲਾ ਟਵਿੱਟਰ ਕੋਲ ਉਠਾਇਆ ਗਿਆ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਹੈਂਡਲ ਕੁਝ ਸਮੇਂ ਲਈ ਹੈਕ ਹੋ ਗਿਆ ਇਹ ਮਾਮਲਾ ਟਵਿੱਟਰ ਕੋਲ ਉਠਾਇਆ ਗਿਆ ਅਤੇ ਅਕਾਊਂਟ ਨੂੰ ਤੁਰੰਤ ਬਹਾਲ ਅਤੇ ਸੁਰੱਖਿਅਤ ਕਰ ਦਿੱਤਾ ਗਿਆ ਹੈਕ ਹੋਣ ਵੇਲੇ ਕੀਤੇ ਗਏ ਟਵੀਟ ਨੂੰ ਨਜ਼ਰਅੰਦਾਜ਼ ਕਰੋ ਸ਼ਨੀਵਾਰ ਦੇਰ ਰਾਤ ਕਰੀਬ 2 ਵਜੇ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਇਸ ਦੌਰਾਨ ਆਪਣੇ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ 'ਚ ਕਿਹਾ ਗਿਆ ਕਿ ਬਿਟਕੋਇਨ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਹੈਕ ਹੋਣ ਤੋਂ ਬਾਅਦ ਪਹਿਲਾ ਟਵੀਟ ਕੁਝ ਮਿੰਟਾਂ ਬਾਅਦ ਡਿਲੀਟ ਕਰ ਦਿੱਤਾ ਗਿਆ ਅਤੇ ਉਹੀ ਟਵੀਟ ਇੱਕ ਵਾਰ ਫਿਰ ਤੋਂ ਪੋਸਟ ਕੀਤਾ ਗਿਆ ਇਸ ਤੋਂ ਬਾਅਦ ਇਸ ਟਵੀਟ ਨੂੰ ਵੀ ਹਟਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਨੌਰ ਵਿਖੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੁਖਬੀਰ ਬਾਦਲ ਨੇ ਇਸ ਮੌਕੇ ਵੱਡੇ ਐਲਾਨ ਕੀਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਣਨ ਤੇ ਨੀਲਾ ਕਾਰਡ ਧਾਰਕ ਔਰਤਾਂ ਦੇ ਖਾਤੇ ਵਿੱਚ 2000 ਭੇਜੇ ਜਾਣਗੇ ਇਸ ਤੋਂ ਇਲਾਵਾ ਬਿਜਲੀ ਸਸਤੀ ਕੀਤੀ ਜਾਵੇਗੀ ਅਤੇ 400 ਯੂਨਿਟ ਹਰੇਕ ਵਰਗ ਨੂੰ ਫ੍ਰੀ ਬਿਜਲੀ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਉਚੇਰੀ ਸਿੱਖਿਆ ਲਈ ਬਾਹਰਲੇ ਮੁਲਕਾਂ ਵਿੱਚ ਜਾਣ ਲਈ ਵੀ ਸਰਕਾਰ ਹੀ ਉਹਨਾਂ ਦੀ ਫੀਸ ਦੇਵੇਗੀ ਇਸਦੇ ਲਈ ਸਰਕਾਰ ਸਟੂਡੈਂਟ ਕਾਰਡ ਦੇ ਜ਼ਰੀਏ ਆਪਣੀ ਹੀ ਗਰੰਟੀ ਤੇ 10 ਲੱਖ ਰੁਪਏ ਦਾ ਪੜ੍ਹਾਈ ਦੇ ਲਈ ਕਰਜ਼ਾ ਦੇਵੇਗੀ ਕਿੱਥੇ ਲੋੜ ਹੈ ਜਿਹਦੇ ਨਾਲ ਪੰਜਾਬ ਦੀ ਨੂੰ ਮੁਸ਼ਕਲ ਲੋਕਾਂ ਦੀ ਮੁਸ਼ਕਲ ਹੱਲ ਕਰੇ ਫਿਰ ਮੈਂ 2 ਚੀਜ਼ਾਂ 'ਤੇ ਪੂਰਾ ਜ਼ੋਰ ਲਾਇਆ ਇੱਕ ਨੌਜਵਾਨਾਂ 'ਤੇ ਉਹਨਾਂ ਦੀ ਪੜ੍ਹਾਈ 'ਤੇ ਇੱਕ ਸਿਹਤ ਅਤੇ ਹਸਪਤਾਲਾਂ 'ਤੇ
क्योंकि मैं देखिया कोविड की बीमारी दौरान बहुत ज्यादा मौत हुई तो इस करके जेडे की असी फैसले किए एक तो मैं जो पिंड गया बहुत औरत मैं मिलिया बीबिया मिलिया जिन्होंने सानू कहते कि साढ़े को कित दवाई लैन पैसा नहीं हों कई घर वाले अपने बीबिया देंदे ही नहीं पैसे तो इस करके मैं वड्डे बाल साहब को बैठा उन्होंने मैंने कहा एक्ती है बीबिया वास्ते करना कुछ ना कुछ तो इस कर स्कीम लैके आए जेडे नीले कार्ड परिवार है जिन्हों के नीले कार्ड बन गए उन्होंने जी मुख औरत घर चला वो खाते च 2000 रुपया महीना असी भेजा करा घट तो घट अपने पैरों से किसी लोड़ पे तो उन्होंने कुछ लै सके। पिछली बार असी बिजली पूरी की एक्ती सस्ती करा पहले 400 यूनिट महीने के भावें एससी परिवार है भावें बीसी परिवार है भावें जनरल है पहले 400 यूनिट सारे बस फ्री हो गए वो उत्ते बिल आया करे जिन्हें तुम वरतोंगे वो हिसाब न। तीजी गल मैं नौजवानों वास्ते मैं देखे अजक बहुत मेरे को बच्चे बच्चिया पिंड भी बादल होना तो चंडीगढ़ भी जो कितने जाना है एडमिशन लैन वास्ते पैसा नहीं हों जे इतने किन्ने कॉलेज बन गए किन्ने यूनिवर्सिटियां बन गई एक साल का कोई 1 लाख रुपया लै रही है कोई 2 लाख गरीब कितों पढ़ सकता है। मेरा निशाना तो मेरी सोच है पंजाब जे आप बच्चों पैरों से खड़े करना तो उन्होंने पढ़ा दी है चंगी पढ़ाई माड़ी नहीं अजकल जी सरकारी स्कूल की पढ़ाई है जमा फेल है मैं चाहना असली पढ़ाई होए उदे वास्ते मेरे पंजाब कोई नौजवान बच्चा बच्ची आ ना सोचे कि हुण मेरे को पैसा है नहीं तो मैं पढ़ नहीं सकता। कई बच्चे अपने बाहरले मुल्कों में पढ़ना चाहते हैं कोई दिल्ली पढ़ना चाहते हैं कितने मर्जी दुनिया पढ़ उन्होंने पढ़ाने वास्ते मैं अपनी जिम्मेवारी संभाल रहा। असी 10 लाख रुपये का स्टूडेंट कार्ड असी तकरीबन 1000-1500 करोड़ की लिमिट असी पंजाब सरकार लाऊगी बैंक ना डील करके उधर गरंटी भी असी देवांगे ब्याज भी असी भरांगे पर जेड़े नौजवान ने हिंदुस्तान या बाहर किते भी यूनिवर्सिटी पढ़ना है सानू अप्लाई करूगा 10 लाख रुपये तक उदी फीस असी सीधे उन्होंने यूनिवर्सिटी के खाते कॉलेज के खाते भेज दोंगे किसी नौजवान घर बेचने या जमीन बेचने की लोड़ नहीं पेगी। ਤੇ ਹੁਣ ਤੱਕ ਦੀਆਂ ਖਾਸ ਖਬਰਾਂ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਤੇ ਜਾਂਦੇ ਜਾਂਦੇ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਤੇ। ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਤੇ ਸਾਦੇ ਨਿਸ਼ਾਨੇ ਕਿਹਾ ਬਾਦਲਾਂ ਨੇ ਕੀਤਾ ਪੰਜਾਬ ਨੂੰ ਬਰਬਾਦ। ਚੰਡੀਗੜ੍ਹ 'ਚ ਓਮਿਕਰੋਨ ਦਾ ਪਹਿਲਾ ਮਰੀਜ਼ ਆਇਆ ਸਾਹਮਣੇ 20 ਸਾਲਾ ਨੌਜਵਾਨ ਦੀ ਰਿਪੋਰਟ ਆਈ ਪੋਜ਼ਿਟਿਵ। ਸੁਖਬੀਰ ਬਾਦਲ ਨੇ ਚੋਣ ਰੈਲੀ ਦੌਰਾਨ ਕੀਤੇ ਵੱਡੇ ਐਲਾਨ ਨੀਲਾ ਕਾਰਡ ਧਾਰਕ ਔਰਤਾਂ ਨੂੰ ਦੇਣਗੇ 2000 ਰੁਪਏ ਪ੍ਰਤੀ ਮਹੀਨਾ।